हेलो जी, सत सत श्री अकाल। श्रीकाल, आदाब, नमस्ते। सो जी, नवे साल दियां एडवांस दे विच तुहानू वधाइयां दे रहे हैं जी। तुहानू भी बहुत बहुत वधाइयां जी। सो जी मम्मी, मैनू नहीं सारे मैं साडे व्यूअर्स सारे अपने व्यूअर्स ने जिहड़े सारे साडे नाल जुड़े हुए आ, साडे परिवार वांग आ, असीं उहनां नूं बहुत बहुत वधाइयां दे रहे हां। सो जी, लो जी, नवा साल आ रहा, तो उम्मीद करते हैं कि ये नवे साल तुहाड़े वास्ते खुशियां खेड़े भरिया आवे जी। सो जी, अज ये वीडियो बना रहे हैं। मम्मी दसो फटाफट की आपने बनाना? अज मिठे मिठे लड्डू, मिठे मिठे बेसन दे लड्डू, बेसन दे लड्डू। हाँ जी, जिहड़े लड्डू आप खाने हुंदे आ व्याहां शादियां दे विच, तां अज साडे घर दा हलवाई ਸਾਡੇ ਘਰ ਦਾ ਹਲਵਾਈ ਅੱਜ ਲੱਡੂ ਬਣਾ ਰਿਹਾ ਜੀ। ਤਾਂ ਮੰਮੀ ਜੀ, ਆਪਣੀ ਰੈਸਪੀ ਹੁਣ ਸਾਰੀ ਆਪਣੇ ਵਿਊਅਰਸ ਦੇ ਨਾਲ ਸ਼ੇਅਰ ਫਟਾਫਟ ਕਰਦੇ ਜਾਈਏ ਜੀ। ਹਾਂਜੀ ਹਾਂਜੀ। ਸੋ ਸਭ ਤੋਂ ਪਹਿਲਾਂ ਕੀ ਕਰਨਾ ਮੰਮੀ ਆਪਾਂ ਨੇ? ਪਹਿਲਾਂ ਮੈਂ ਇੱਕ ਗਲਾਸ ਪਾਣੀ ਦਾ ਲਿਆ ਜੀ। ਠੀਕ ਹੈ ਜੀ। ਸੋ ਇੱਕ ਗਲਾਸ ਪਾਣੀ, 400 ml ਵਾਟਰ ਲਿੱਤਾ ਹੈਗਾ ਜੀ। ਹਾਂਜੀ ਠੀਕ ਹੈ ਜੀ। ਤਾਂ ਇਹ ਚਾਸ਼ਨੀ ਬਣਾਉਣ ਵਾਸਤੇ ਫਟਾਫਟ ਪਹਿਲਾਂ ਆਪਾਂ ਇਹੀ ਕਰਦੇ ਹੈਗੇ ਆ ਕੰਮ, ਕਿਉਂਕਿ ਚਾਸ਼ਨੀ ਬਣਾਉਣ ਨੂੰ ਟਾਈਮ ਲੱਗਦਾ ਹੁੰਦਾ ਹੈਗਾ। ਦੇਖੋ ਇਹਦੇ ਵਿੱਚ ਨਾ ਅੱਧਾ ਕਿਲੋ ਸ਼ੂਗਰ, ਅੱਧਾ ਕਿਲੋ ਸ਼ੂਗਰ। ਸੋ ਇੱਕ ਗਲਾਸ ਪਾਣੀ ਦੇ ਵਿੱਚ, ਯਾਨੀ ਕਿ 400 ml ਵਾਟਰ ਦੇ ਵਿੱਚ ਆਪਾਂ ਨੇ ਅੱਧਾ ਕਿਲੋ ਖੰਡ ਸ਼ੂਗਰ ਪਾਉਣੀ ਹੈਗੀ ਆ। ਤਾਂ ਜੀ ਇਹਨੂੰ ਬਸ ਆਪਦਾ ਕੰਮ ਕਰਨ ਦੇਣਾ ਹੁਣ ਆਪਾਂ ਨੇ, ਹੈਨਾ ਮੰਮੀ ਜੀ? ਹਾਂਜੀ, ਬਸ ਇਹ ਹੁਣ ਆਪੇ ਜਦੋਂ ਆਪਣੇ ਟਾਈਮ ਦੇ ਨਾਲ ਇਹਨੇ ਬਣ ਜਾਣਾ। ਹਾਂਜੀ, ਅਤੇ ਜਦੋਂ ਫਿਰ ਬਣਦੀ ਹੋਊਗੀ ਨਾ ਐਨ ਬਿਲਕੁਲ ਰੈਡੀ, ਫਿਰ ਮੈਂ ਤੁਹਾਨੂੰ ਦਿਖਾਊਂਗੀ ਵੀ ਕਿੱਦਾਂ ਦੀ ਹੋਣੀ ਚਾਹੀਦੀ ਆ। ਠੀਕ ਹੈ, ਹਾਂਜੀ ਠੀਕ ਹੈ ਜੀ। ਤਾਂ ਹੁਣ ਮੰਮੀ ਜੀ ਇੱਧਰ ਆਪਾਂ ਨੇ ਕੀ ਕਰਨਾ ਹੈਗਾ ਲੱਡੂਆਂ ਵਾਸਤੇ? ਹੁਣ ਚਾਹੀਦਾ ਕੀ ਹੈ? ਚਾਸ਼ਨੀ ਦਾ ਆਪਾਂ ਨੇ ਸ਼ੋਅ ਕਰਤੀ ਹੈਗੀ ਆ ਜੀ। ਆਹ ਦੇਖੋ ਜੀ, 250 g ਆਪਣਾ ਕੋਲ ਹਨੇ ਕਰਿਆਟੀ ਹੈ ਜੀ। ਠੀਕ ਹੈ ਜੀ, ਗ੍ਰਾਮ ਫਲਾਵਰ ਵੀ ਇਹਨੂੰ ਕਹਿੰਦੇ ਹੈਗੇ ਆ, ਬੇਸਨ ਦਾ ਆਟਾ ਵੀ ਕਹਿੰਦੇ ਹੈਗੇ ਆ। ਸੋ ਕਰਿਆਟੀ ਲਿੱਤੀ ਹੋਈ ਹੈ ਜੀ ਇਹ ਅਸੀਂ, 250 g। 250 g ਠੀਕ ਹੈ ਜੀ। ਹੁਣ ਇਸ ਤੋਂ ਮਗਰੋਂ ਮੰਮੀ ਜੀ ਆਪਾਂ ਨੇ ਕਰਨਾ ਕੀ ਆ? ਤੇਲ ਅਗੇਨ ਦੱਸਦੇ ਜਾਈਏ ਮੰਮੀ ਜੀ। ਤੇਲ ਵੀ ਮੈਂ ਗਰਮ ਪਹਿਲਾਂ ਰੱਖ ਲਿਆ ਕਰਕੇ ਬਹੁਤ ਥੋੜਾ ਗੈਸ ਕਰ ਦਿੱਤਾ ਆ। ਹਾਂਜੀ, ਤੇ ਹੁਣ ਮੈਂ ਤੁਹਾਨੂੰ ਆਹ ਦੇਖੋ, ਆਹ ਮੈਂ ਕਰਿਆਟੀ ਲਈ ਆ ਜੀ ਜੀ। ਇਹਦੇ ਵਿੱਚ ਹੁਣ ਪਾਣੀ ਪਾ ਕੇ ਨਾ, ਇੱਦਾਂ ਜੀ ਤੁਹਾਨੂੰ ਵਿਊਅਰਸ ਦੱਸਦੇ ਜਾਈਏ ਕਿ ਮੰਮੀ ਨੇ ਕਦੇ ਮੈਜ਼ਰਮੈਂਟ, ਕਿਉਂਕਿ ਅਸੀਂ ਘਰ ਦੇ ਜਿਹੜੀ ਮੰਮੀਆਂ ਹੁੰਦੀਆਂ ਨਾ, ਕਦੇ ਵੀ ਕੁਛ ਵੀ ਆਪਾਂ ਕੁਕਿੰਗ ਮੈਜ਼ਰਮੈਂਟ ਦੇ ਨਾਲ ਨਹੀਂ ਕਰਦੇ। ਇਹ ਜਸਟ ਤੁਹਾਨੂੰ ਦਿਖਾ ਲੈਣ ਨੂੰ, ਇਹ ਅਸੀਂ ਪਹਿਲੀ ਵਾਰ ਅਸੀਂ ਖੁਦ ਮੈਜ਼ਰ ਕਰ ਰਹੇ ਹਾਂ ਕਿ ਕਿੰਨਾ ਇਸ 'ਚ ਪਾਣੀ ਜਾਊਗਾ, ਨਹੀਂ ਤਾਂ ਅੰਦਾਜ਼ੇ ਨਾਲ ਹੀ ਅਸੀਂ ਪਾਉਂਦੇ ਹੁੰਦੇ ਹਾਂ। ਸੋ ਮੰਮੀ ਕਿੰਨਾ ਪਾਣੀ ਪਾ ਰਹੇ ਹਾਂ ਜੀ ਆਪਾਂ? ਹਾਂਜੀ, ਮੈਂ ਹੁਣ ਦੇਖਦੀ ਹਾਂ ਜੀ, ਮੈਂ ਉਦੋਂ ਇਹਦੇ ਵਿੱਚ ਹੈਗਾ ਆ ਇਹ ਤਕਰੀਬਨ ਮਿਨੀਮਮ 400 400 ਓਕੇ। ਸੋ ਇੱਕ ਗਲਾਸ ਹੀ ਬਣ ਗਿਆ ਆਪਣਾ, ਜਿਵੇਂ ਕਿ ਆਪਾਂ ਨੇ ਇੱਦਾਂ ਪਾਇਆ ਸੀਗਾ, ਇੱਕ ਗਲਾਸ। ਠੀਕ ਹੈ ਜੀ। ਅਤੇ ਹੁਣ ਮੈਂ ਇਹਨੂੰ ਪਹਿਲਾਂ ਹੈ ਨਾ ਦੇਖਦੀ ਹਾਂ ਵੀ ਕਿੰਨਾ ਕੁ ਸਾਨੂੰ ਚਾਹੀਦਾ, ਥੋੜ੍ਹਾ ਥੋੜ੍ਹਾ ਪਾ ਕੇ ਇਹਨੂੰ ਆਪਾਂ। ਇਹ ਵੀ ਜ਼ਿਆਦਾ ਜ਼ਰੂਰੀ ਹੈਗੀ ਆ ਗੱਲ ਕਿ ਇਹਨੂੰ ਬੜੇ ਖਿਆਲ ਦੇ ਨਾਲ ਕਰਨਾ ਪੈਣਾ। ਠੀਕ ਹੈ ਜੀ। ਸੋ ਹੌਲੀ ਹੌਲੀ ਇਹਨੂੰ ਆਪਾਂ ਮਿਕਸ, ਥੋੜ੍ਹਾ ਥੋੜ੍ਹਾ ਪਾਈ ਚੱਲੋ, ਥੋੜ੍ਹਾ ਥੋੜ੍ਹਾ ਪਾ ਕੇ ਫਿਰ ਇਹਨੂੰ ਹਿਲਾਈ ਜਾਓ। ਸੋ ਲਓ ਜੀ, ਬੈਟਰ ਸਾਡਾ ਹੁਣ ਨੀਅਰਲੀ ਰੈਡੀ ਆ। ਹਾਂਜੀ ਮੰਮੀ ਜੀ? ਹਾਂਜੀ ਬਿਲਕੁਲ ਤਿਆਰ ਆ। ਦੇਖੋ ਇੱਦਾਂ ਦਾ ਹੋਣਾ ਚਾਹੀਦਾ। ਤੁਸੀਂ, ਮੈਂ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਇਆ ਜੀ, ਉਹੀ 400 ml। ਹਾਂਜੀ 400 ml। ਹਾਂਜੀ, ਉਹਦੇ ਨਾਲ ਬਿਲਕੁਲ ਤਿਆਰ ਹੋ ਗਿਆ। ਅਤੇ ਹੁਣ ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਨਾ ਰੰਗ ਪਾਉਣ ਲੱਗੀ ਹਾਂ ਜੀ। ਇਹ ਕਿਹੜਾ ਰੰਗ ਹੈ ਮੰਮੀ? ਇਹ ਮੈਂ ਤਾਂ ਪਰ ਪੀਲਾ ਪਾਇਆ। ਠੀਕ ਹੈ ਜੀ। ਜੇ ਘਰ ਦੇ ਵਿੱਚ ਥੋੜ੍ਹਾ ਜਿਹਾ ਇੱਕ ਰੈਡ ਜਿਹਾ ਕਲਰ 'ਤੇ ਹੁੰਦਾ ਆ ਤਾਂ ਤੁਸੀਂ ਥੋੜ੍ਹਾ ਜਿਹਾ ਉਹ ਪਾ ਸਕਦੇ ਆ, ਅਤੇ ਜੇ ਤੁਹਾਡੇ ਕੋਲ ਪੀਲਾ ਹੈਗਾ ਫਿਰ ਤਾਂ ਬਹੁਤ ਹੀ ਵਧੀਆ ਆ। ਠੀਕ ਹੈ ਜੀ। ਫਿਰ ਤਾਂ ਇਹਦਾ ਰੰਗ ਬਹੁਤ ਸੋਹਣਾ ਹੁੰਦਾ। ਹੁਣ ਮੈਂ ਪਹਿਲਾਂ ਇਹਦੇ ਵਿੱਚ ਥੋੜ੍ਹਾ ਜਿਹਾ ਦੇਖੋ ਪਾ ਕੇ ਨਾ ਇਹਨੂੰ ਮਿਕਸ ਕਰ ਦੇਣਾ। ਇੱਕ ਹੋਰ ਮੰਮੀ ਗੱਲ, ਇਹ ਆਪਸ਼ਨਲ ਹੈ ਔਰ ਪਾਉਣਾ ਜ਼ਰੂਰੀ ਆ ਕਿ ਨਹੀਂ? ਨਹੀਂ, ਕੋਈ ਜ਼ਰੂਰੀ ਨਹੀਂ, ਇਹ ਤਾਂ ਆਪਾਂ ਇੱਦਾਂ ਹੈ ਵੀ ਦੇਖਣ ਨੂੰ ਸੋਹਣੇ ਲੱਗਣ ਲੱਡੂ। ਸੋ ਮਤਲਬ ਜੇ ਕਿਸੇ ਨੇ ਅੱਜ ਬਣਾਉਣਾ ਹੋਵੇ, ਜੇ ਕਿਸੇ ਕੋਲ ਰੰਗ ਨਹੀਂ ਤਾਂ ਉਹ ਬਣਾ ਸਕਦਾ? ਹਾਂ ਬਣਾ ਸਕਦਾ, ਚਿੱਟੇ ਲੱਡੂ ਬਣਾ ਸਕਦਾ। ਚਿੱਟੇ, ਹਾਂ ਫਿਰ ਚਿੱਟੇ ਚਿੱਟੇ ਬਣ ਗਏ ਨਾ। ਓਕੇ, ਉਹ ਹੀ ਹੈ ਸਰ, ਜਦੋਂ ਹੁਣ ਕੁੜੀਆਂ ਹੁੰਦੀਆਂ ਹੁਣ ਪਿੰਕ ਲੱਡੂ ਬਣਾਉਂਦੇ ਆ, ਸੋ ਇੱਦਾਂ ਹੀ ਰੰਗ ਬਣਾ ਕੇ, ਰੰਗ ਜਿਹੜਾ ਮਰਜ਼ੀ ਤੁਸੀਂ ਪਾ ਕੇ ਜਿੱਦਾਂ ਮਰਜ਼ੀ ਆ ਦੇਖ ਲਓ, ਰੰਗ ਥੋੜ੍ਹਾ ਜਿਹਾ ਤੁਹਾਨੂੰ ਯੈਲੋ ਹੋ ਗਿਆ। ਅਤੇ ਹੁਣ ਇੱਦਾਂ ਹੀ ਮੈਂ ਥੋੜ੍ਹਾ ਜਿਹਾ ਹੈ ਨਾ ਉਹ ਆਪਣੀ ਜਿਹੜੀ ਚਾਹਣੀ ਆ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਉਹਦੇ 'ਚ ਪਾਊਂਗੀ। ਓਕੇ ਜੀ। ਹਾਂਜੀ, ਆ ਦੇਖੋ ਇਹਦੇ ਵਿੱਚ ਕੌਲੀ ਦੇ ਵਿੱਚ ਮੈਂ ਉਹ ਮਿਕਸ ਕਰ ਲਿਆ ਅਤੇ ਕਰਕੇ ਤਾਂ ਇਹ ਇਹ ਅੱਛਾ ਚਾਸ਼ਨੀ ਦਾ ਪਾਣੀ ਸੀਗਾ ਜਿਹੜਾ ਤੁਸੀਂ? ਹਾਂਜੀ ਹਾਂਜੀ, ਓਕੇ ਉੱਧਰ ਰੱਖਿਆ ਹੋਇਆ ਸੀ। ਠੀਕ ਹੈ ਮੰਮੀ। ਨਹੀਂ ਉੱਦਾਂ ਹੀ ਮੈਂ ਵਾਧੂ ਪਾਣੀ ਲਿਆ ਗਲਾਸ ਤੋਂ, ਹਾਂ ਥੋੜ੍ਹਾ ਜਿਹਾ, ਇੰਨੇ ਕੁ ਪਾਣੀ ਦਾ ਕੋਈ ਫਰਕ ਨਹੀਂ ਪੈਣ ਲੱਗਾ। ਠੀਕ ਹੈ ਜੀ। ਲਓ ਜੀ, ਸੋ ਮੰਮੀ ਆਪਣੇ ਚਾਸ਼ਨੀ ਰੱਖੀ ਨੂੰ ਵੀ ਹੁਣ 11 to 12 min ਹੋ ਗਏ ਹੈਗੇ ਆ। ਹਾਂਜੀ ਹਾਂਜੀ, ਅਤੇ ਹਜੇ ਮੇਰਾ ਖਿਆਲ ਹੈ ਜੇ ਹੋਰ ਥੋੜ੍ਹਾ ਟਾਈਮ ਹੋਰ ਲੱਗੂਗਾ, ਹੋਰ ਮੇ ਵੀ 7-8 min ਹੈ। ਹਾਂਜੀ ਜ਼ਰੂਰ ਲੱਗਣਗੇ। ਸੋ ਲਓ ਜੀ, ਬੈਟਰ ਵੀ ਰੈਡੀ ਆ, ਚਾਸ਼ਨੀ ਵੀ। ਤੁਸੀਂ ਕੋਟਰ ਕਰ ਨਾ, ਕੋਟਰ ਚਮਚਾ ਲੈ ਸਕਦੇ ਆ। ਠੀਕ ਹੈ ਜੀ। ਹਾਂਜੀ, ਉਹਦੇ ਨਾਲ ਫਿਰ ਤੁਹਾਡਾ ਰੰਗ ਸੋਹਣਾ ਲੱਗੂਗਾ।
बस होर तो कोई गल नहीं है कि सिर्फ रंग वास्ते या इहदा उदां नहीं है जरूरी जे तुहाडे कोल नहीं भी हैगा तो फिर तुसीं उदां भी बना सकदे ट्राई करने वास्ते तां जिद्दां मर्जी कर सकदे ठीक है जी तां फ्लेम दस्सदे जाइए जी कि इहदी जिहड़ी फ्लेम जिहड़ी रखनी हैगी आ तुसीं मीडियम मीडियम रखनी हैगी आ फ्लेम जदों तुसीं चाशनी बनाउणी हैगी आ ठीक है जी बिल्कुल हुण इह बनी जांदी है जी पर हजे बनी ने हाँ जी आ देखो जी हुण साडी जिहड़ी चाशनी है रेडी हो गई आ मैं थोन दिखाई एदा की थोन देखना चाहिए आ तरीका की है तरीका की है ना देखने का आ देखो इदा करके ना तो इनू किसी प्लेट के इदा करके देख लो हूँ इन इदा करो ना देखो बिल्कुल दाने वागर हाँ जी जिस तरह मोती हों हाँ जी हाँ जी इस तरह इदा इदा इन करके देखो जे तो चलती है हाँ जी फिर नहीं थोड़ी रेडी हैगी ओके उन्ना चेर बस इन इस तरह होनी चाहिए बस यही यदि निशानी हैगी एंड इन मम्मी आपने किन्ने मिनट कर लिया जी हूँ ਆਪਾਂ ਤਕਰੀਬਨ 20 ਮਿੰਟ 20 ਮਿੰਟ ਲੱਗੇ ਆ ਹਾਂਜੀ 20 ਮਿੰਟ ਲੱਗੇ ਆ ਤੇ ਇਹ ਬਿਲਕੁਲ ਰੈਡੀ ਹੋ ਗਈ ਆ ਸੋ ਹੁਣ ਮੰਮੀ ਇਹ ਰੈਡੀ ਹੋ ਗਈ ਹੈ ਇਹਦਾ ਕੰਮ ਓਵਰ ਹੋ ਗਿਆ ਤਾਂ ਹੁਣ ਆਪਾਂ ਆਪਣੇ ਲੱਡੂਆਂ ਦਾ ਪ੍ਰੋਸੈਸ ਹਾਂਜੀ ਹਾਂਜੀ ਦਿਖਾ ਲਈਏ ਆਪਣੇ ਇਹ ਰੈਡੀ ਹੋ ਗਈ ਆ ਤੇ ਇਹ ਥੋੜਾ ਜਿਹਾ ਇਹਦੇ ਵਿੱਚੋਂ ਕੱਢ ਲਓ ਠੀਕ ਹੈ ਜੀ ਤੇ ਆ ਦੇਖੋ ਹੁਣ ਆਪਾਂ ਜਿਹੜੇ ਲੱਡੂ ਬਣਾਉਣੇ ਆ ਨਾ ਜੇ ਤੁਸੀਂ ਪਹਿਲੀ ਵਾਰੀ ਬਣਾਉਣ ਲੱਗੇ ਆ ਨਾ ਤਾਂ ਜਰਾ ਕੁ ਕੇਅਰਫੁਲ ਰਹੋ जी क्यों जरा अपनिया हाथों का जरूर ख्याल रखना चाहिए आ फिर जो थोड़ा एक अद्धी बार बना लें फिर थोड़ा बिल्कुल पता लग जाता है हाँ जी आ देखो जी एक दूसरी लै लो कड़छी लै लो कुछ मम्मी आ तुसी लिता जेड़ा आ जेड़ा है ना ये छाननी लई हैगी आ हाँ जी ते ये तुसी कोई भी छाननी इदा दी लै सकदे आ जी ते जे उहदे विच थल्ले शेक होने चाहिए आ हाँ जी चाहे बरीक शेक हो जिदा दे भी तुसी लाइक करदे आ जे तां तुसी मोटी लाइक करदे आ हाँ जी ते मोटी लो ते जे तुसी बिल्कुल बरीक लाइक करदे आ ते तुसी बरीक लो सो उहदे विच फिर तुसी हैना बना सकदे किसे तरह दी भी होवे कई वारी इह छाननियां इदा भी इत्थों छोटी छोटियां घट भी मिलदियां आ जी बड़ी फैंसी फैंसी तरह दियां मिलदियां हैगियां सो जिहड़ी भी तुहानू अवेलेबल होवे तुसी लै सकदे हो और घरे भी जे कोई पई होवे उहदे नाल भी ट्राई कर सकदे हैगे हो हां जी साडी घरे पई आ जिहदे नाल असीं ट्राई करदे आ जी चलो जी वाहिगुरु बाबा जी सोहणे सोहणे लड्डू बनवायो बाबा जी थोड़ा जिहा इहनू उच्चा चक दिओ जी तां कि फिर इह थले बूंदी जिहड़ी आ ना हाँ जी बिल्कुल डिगी जाए ठीक है जी सो लो जी हुण थोनू टू इन वन चीज़ दस रहे हैं जी कि बूंदी भी जे घरे तुसी बूंदी का दही जिहड़ा आपां खाने हुंदे हैगे आ रायता खाने आ बूंदी का वह भी जे घरे बनाउणी होवे तां बूंदी इस तरह ही बनती हैगी हाँ जी हाँ जी इहदों ही आपां गाहां लड्डू कढ लेणे हैगे आ लो जी कर ली लड्डू बनाउण लई आपणी बूंदी कढदे आ हाँ जी नाल थोड़ी जी बना के रख लो हाँ टू इन वन हाँ जी ਤਾਂ ਹੁਣ ਮੰਮੀ ਹੁਣ ਸਾਨੂੰ ਇਹ ਵੀ ਦੱਸੋ ਜੀ ਕਿ ਇਹ ਬਣਨਗੇ ਜਦੋਂ ਤਾਂ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਬੂੰਦੀ ਰੈਡੀ ਹੋ ਪਤਾ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਇਹਦਾ ਗੈਸ ਬਹੁਤ ਜ਼ਿਆਦਾ ਨਹੀਂ ਕਰਨਾ ਅੱਛਾ ਹਾਂਜੀ ਤੁਸੀਂ ਜ਼ਿਆਦਾ ਕਰੋਗੇ ਫਿਰ ਕਾਲੀ ਕਾਲੀ ਹੋ ਜੂਗੀ ਤੁਹਾਡੇ ਲੱਡੂ ਵੀ ਕਾਲੇ ਕਾਲੇ ਦਿਸਣਗੇ ਓਕੇ ਇਸ ਕਰਕੇ ਤੁਹਾਨੂੰ ਬਹੁਤ ਗੈਸ ਥੋੜ੍ਹਾ ਜਿਹਾ ਰੱਖ ਕੇ ਨਾ ਮਤਲਬ ਲੋ ਮੀਡੀਅਮ ਹਾਂ ਲੋ ਮੀਡੀਅਮ 'ਤੇ ਰੱਖ ਕੇ ਨਾ ਤਾਂ ਇਹਨੂੰ ਇਸ ਤਰ੍ਹਾਂ ਹਿਲਾਈ ਜਾਣਾ ਜੀ ਤੇ ਫਿਰ ਇਹਨੂੰ ਦੇਖਣਾ ਆਪਾਂ ਇਹਨੂੰ ਇਸ ਤਰ੍ਹਾਂ ਹਿਲਾ ਵੀ ਸਕਦੇ ਹਾਂ ਇਹਦੇ ਖੜਕਾ ਜਿਹਾ ਹੁੰਦਾ ਮਾੜਾ ਜਿਹਾ ਸੋ ਚਟਕਾਰ ਹਾਂ ਹਾਂ ਤੇ ਜੇ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਤੇ ਇਹਨੂੰ ਆਪਣੇ ਹੱਥ ਨਾਲ ਕੇਅਰਫੁਲ ਹੋ ਕੇ ਹਜੇ ਬਣੀ ਨਹੀਂ ਆ ਦੇਖੋ ਹਜੇ ਕੱਚੀ ਆ ਵਿੱਚੋਂ ਠੀਕ ਹੈ ਆਹ ਦੇਖੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਣੀ ਹੋਣੀ ਚਾਹੀਦੀ ਆ ਦੇਖੋ ਹਜੇ ਕੱਚੀ ਆ ਜੀ 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 ਹਾਂਜੀ ਬਸ ਇਹਦਾ ਇਹੀ ਹੈਗਾ ਆ ਹੋਰ ਇਹਦਾ ਕੋਈ ਬਹੁਤਾ ਵੱਡਾ ਆਈਡੀਆ ਨਹੀਂ ਹੁੰਦਾ ਇਹ ਸਿਰਫ ਇਹੀ ਦੇਖਣ ਵਾਸਤੇ ਹੁੰਦਾ ਆਹ ਦੇਖੋ ਜੀ ਹੁਣ ਇਹ ਬਣ ਗਈ ਆ ਰੈਡੀ ਹੋ ਗਈ ਆ ਅਤੇ ਤਕਰੀਬਨ ਸਾਰੀ ਹੁਣ ਬੂੰਦੀ ਜਿਹੜੀ ਉਹ ਨਿਕਲ ਗਈ ਆ ਅਤੇ ਹੁਣ ਅਸੀਂ ਆਪਾਂ ਸਾਰੀ ਹੀ ਇੱਦਾਂ ਕੱਢ ਕੇ ਨਾ ਬਾਅਦ ਵਿੱਚ ਆਪਾਂ ਸਾਰੀ ਉਹਦੇ ਵਿੱਚ ਪਾ ਦੇਣੀ ਆ ਉੱਦਾਂ ਤੁਸੀਂ ਜਦੋਂ ਵੀ ਕੱਢਦੇ ਆ ਨਾ ਨਾਲ ਦੀ ਨਾਲ ਤੁਸੀਂ ਪਾ ਸਕਦੇ ਹੋ ਵਿੱਚ ਨਾਲ ਦੀ ਨਾਲ ਹੀ ਪਾਈ ਜਾਓ ਸੋ ਗਰਮ ਗਰਮ ਜਿਹੜੀ ਹੁੰਦੀ ਆ ਅਤੇ ਸੋ ਲਓ ਜੀ ਬੂੰਦੀ ਸਾਰੀ ਨਿਕਲ ਚੁੱਕੀ ਹੈਗੀ ਆ ਤਾਂ ਚਾਸ਼ਨੀ ਦੇ ਵਿੱਚ ਮੰਮੀ ਪਾ ਰਹੇ ਹੈਗੇ ਆ ਸਾਰੀ ਬੂੰਦੀ ਐਂਡ ਚਾਸ਼ਨੀ ਮੇਕ ਸ਼ੋਰ ਕਰਨੀ ਆ ਜੇ ਤੁਸੀਂ ਪਹਿਲਾਂ ਬਣਾ ਕੇ ਰੱਖਣੀ ਹੈਗੀ ਆ ਤਾਂ ਉਹ ਥਿੱਕ ਜੇ ਹੋ ਜੂਗੀ ਤਾਂ ਉਹਦੇ ਵਿੱਚ ਇੱਦਾਂ ਨਾ ਪਲੀਜ਼ ਪਾ ਦਿਓ ਨਹੀਂ ਤਾਂ ਉਹ ਸ਼ੂਗਰ ਜਿਹੜੀ ਹੈਗੀ ਆ ਮੂੰਹ 'ਚ ਨਾ ਕਿਰਚ ਕਿਰਚ ਕਰੋ ਹੈ ਨਾ ਮੰਮੀ ਖੜਕਾ ਕਰੋ ਖੜਕਾ ਕਰੂਗੀ ਸੋ ਫਿਰ ਇਹ ਮੰਮੀ ਫਿਰ ਬੰਦੇ ਨੂੰ ਗਰਮ ਕਰਨੀ ਪਊਗੀ ਹੈ ਨਾ ਹਾਂਜੀ ਫਿਰ ਗਰਮ ਕਰ ਲਓ ਤੁਸੀਂ ਥੋੜ੍ਹਾ ਚਿਰ ਗੈਸ ਲਾ ਕੇ ਨਾ ਜਦੋਂ ਦੇਖਿਆ ਤੁਸੀਂ ਵੀ ਹੁਣ ਇਹ ਠੀਕ ਹੋ ਗਈ ਆ ਹਾਂਜੀ ਤਾਂ ਫਿਰ ਤੁਸੀਂ ਬਸ ਇਹਨੂੰ ਜੀ ਇਹਦੇ ਵਿੱਚ ਫਿਰ ਤੁਸੀਂ ਸਾਰੀ ਬੂੰਦੀ ਜਦੋਂ ਤੁਸੀਂ ਕੱਢਦੇ ਆ ਨਾ ਬੂੰਦੀ ਇਹ ਭਾਵੇਂ ਤੁਸੀਂ ਨਾਲ ਦੀ ਨਾਲ ਹੀ ਪਾਈ ਜਾਓ ਠੀਕ ਹੈ ਜੀ ਹਾਂਜੀ ਇਹ ਤੁਹਾਨੂੰ ਬਹੁਤਾ ਚਿਰ ਉੱਦਾਂ ਰੱਖਣ ਦੀ ਲੋੜ ਨਹੀਂ ਅਤੇ ਇਸ ਤਰ੍ਹਾਂ
ये देखना भी चाशनी ना बच रहे, जे थोड़ी चाशनी बच रह जाए जी तो फिर तुम थोड़ी जी करियाटी होर घोल लो, घोल के होर थोड़ी जी बिच पा दो। ओके हाँ जी, ये यही होंगे है ठीक है। और बहुती यह ज़्यादा इदा नहीं पे, जे तुम प्यार ना बनाओ ना चीज़ तो बड़ी सोहनी चीज़ बन जाती है, ऐसी नहीं गल होंगी। खाने वाला भी प्यार ना खावे ते ओ ते लड्डू तक प्यार ना खा ही हो जाने, भावे जिस तरह के मर्जी बने हो, मिठा तो है ना, मिठा लव करते हैं ते बस गल इदा हैगी है, जेड़ी चीज भी बनती है प्यार दे नाल। एंड मेक श्योर करियो व्यूअर्स, जे तुसी फर्स्ट टाइम बना रहे हो ना किसी भी तरह की कोई भी फर्स्ट टाइम एवर तुसी रेसिपी ट्राई कर रहे हो, दैन पहली बार वो चीज़ परफेक्ट नहीं बनती होंगी। सो तुसी बिल्कुल इस गल का इतना डिसहार्टन ना होयो कि मेरे तो उस हिसाब की नहीं बनी हैगी, ये प्रैक्टिस मेक्स परफेक्ट कहिंदे हुंदे आ ना, जिवें जिवें आपां अभ्यास करदे आ उवें उवें वो चीज़ वधिया बनती जाती हैगी आ। सो लो जी हुण इहनू आपां ने ठंडा होण रखना है ना मम्मी जी, बस हुण इहनू थोड़ा जिहा चिर ढक दिओ। ठीक है जी, 15-20 मिनट वास्ते। हाँ जी, जो थोड़ा लगता भी यह कोसा जहा है ना, हाँ जी, तो फिर तुम इनू चंगी तरह फिर थोड़ा मगरू दिखाने किस तरह का। हाँ जी देखो जी, हुण नियरली रेडी हो गया, हुण मैं इनू ना कड़छी दे नाल जरा इदां इदां कीता करके जिहड़ी सारी बूंदी आ ना वो जिहड़ी चाशनी आ वह सारी चक लवे तां कि इह साडी परफेक्ट बन जाए। तो हुण देखो बड़ा सोहना बनिया, पर जो तुसीं चाशनी बनाउने आ ना साढ़े तो बच्चे नहीं लाइक करते हैं, बेच ये मगज़ भी पा सकते हैं, इलायची का पाउडर भी पा सकते हैं, तो जो भी चीज़ थानू चंकी लगती तुम वो पा सकते हैं बिच, क्योंकि ये जड़िया भी चीज़ा पाओगे अपने ताकतवर होंगे, इस करके जरूरी आ। तो थानू अजक लड़कियां आ उन्होंने देख के जरूर बनाने चाहिए, क्योंकि जेडे बजुर्ग आदा का काम करते रहते हैं सरप्राइज, तो फिर है ना उन्होंने इदा बना के मूहरे रखन तो वह भी खुश हो जाए ता कि फिर खुशी मिलती है। पर एक गल मैं होर कहना चाहूँगी, क्योंकि देखो आ जो सारिया चीज़ा है ना ये साढ़े जोड़े किसान आ ना ये सारिया चीज़ा ये उगाते हैं तो साढ़े वास्ते ये आदियाँ तो असं इदा दीज़ा बना सकते हैं। सो इस करके असी उन्होंने खड़े है तो क्यों जरूरी आ कि उन्होंने उन्होंने हक मिलने चाहिए आ, इस करके क्योंकि जे वह खुश है तो असं भी खुश होव। बिल्कुल बिल्कुल। सो मम्मी लड्डू हूँ इन इन असी दस दे जाइए कि इन्हों 15-20 मिनट थोड़े जे इन्हों आपने ठंडा किया, बहुत ज्यादा ठंडा नहीं, जिदा गर्म हथे लगने चाहिए जी जी। जे तुम फर्स्ट टाइम बना रहे हो तो प्लीज मेक श्योर तुम अपने हाथ ना बर्न कर लियो, प्लीज मेक श्योर, असं बार बार कह रहे हैं। एंड जिदा मैं पहला भी किया सी जी, परफेक्ट नहीं भी बनते नैवर माइंड, इट्स ओके एज लोंग एज लड्डू बन गए आ जाने तो ढिड ची आ मिठास तो होगी ना। बिल्कुल एग्जैक्टली, मिठा तो किसी का बोलिया है, मिठा भी किन्ना सोहना लगता है कोई मिठास ना बोलता ना, तो असं बार बार गल करते हैं कि किन्ना सोहना मिठा बोलता। इस तरह ये जो लड्डू आए तो बिल्कुल ही मिठे होंगे, मिठा मिठा खाओ, मिठा मिठा बोलो, देखो जी Look at that. रंग देखो कैसा बनया, लो जी लो जी, मैं तो दो हथा दे नाल भी वट लेनी आ जी। लुक मम्मी हुण शो अप ना करो, लुक सानू इदा ना प्रेशर च पावो। नहीं हुण हुण कुड़ियां नू सिखणियां पैणे आ, ते कुड़ियां सिखणगियां बनाउणगियां ते गाहां इसे तरह जिहड़ी साडी पीढ़ी आ चलदी रहूगी अपनियां मिठाइयां दे नाल। बिल्कुल, इह देसी हलवाई वाले इह काम हैगे आ जिहड़े आई मीन मैं कह सकदी आं कि मम्मी दे नाल रहि के इह सारियां चीज़ां मैं सिख गई हैगी आ। सो लो जी हुण लड्डू साढ़े नियरली रेडी है जी, तो ज्यादा दो होर बना दिया सीमा, मैं दो होर बना दिया ताकि खाने वाले नू बड़ा जाने सोहना लगेगा कि साढ़े लड्डू बन गए आ, तो सारे जने हुण मैं भेज नहीं सकती थानू, जे मैं भेज सकती हो मैं तो मैं थानू जरूर एक एक लड्डू भेजा नवे साल से, सच्ची असी सच्ची भेजिए थानू सारे नू एक एक लड्डू। लो जी देखो जी बन गए आ जी साढ़े मिठे मिठे प्यारे प्यारे येलो कलर वाली लड्डू, तो इंजॉय करियो जी हुण तुसी भी लड्डू। तो साढ़े वालों अगेन एक बार फिर जी नवे साल दियां बहुत बहुत मुबारक होन जी, तो मिलते हैं हुण अगली किसी वीडियो दे विच। एंड जदों मेक श्योर करियो जदों तुसी ये लड्डू बनाओ तो सानू पिक्चर ना भेजना भुल्लियो जी, सो पिक्चर जरूर भेजियो ताकि सानू भी फिर हौसला हुंदा कि जिहड़ियां मम्मी जी इत्थे रेसिपी सिखाउंदे आ जदों तुसी बनाउंदे हैगे हो दैन मम्मी बागो बाग हो जाते हैं। सो लो जी रखियो जी अपना अपना ख्याल, साढ़े वालों प्यार भई, सत श्री अकाल।